मार्च नूं जिहड़ा सरकार ने या दुपहर वेले गाइडलाइन जारी करतीयां सी वी भाई जिहड़ा हैगा 25 तरीक तक स्कूल कॉलेज ने जिहड़े ओह बंद कीते जाणगे लॉकडाउन लग रहा हैगा। इस तों बाद तुसीं ऐ देखो भी 19 मार्च नूं आ जिहड़ा ओह गाइडलाइन जारी कीतीयां जा रहीयां ने, नोट्स कढे जा रहे ने भी स्कूल कॉलेज बंद ने। इस तों बाद 21 मार्च नूं आ जिहड़ी बागे पुराणे रैली हुंदी है, की उत्थे करोना नहीं हैगा? की सिर्फ कल्ला स्कूलां दे कॉलेजां दीयां लाइब्रेरियां दे विच करोना फिरदागा? की एक महीने वास्ते करोना गायब हो गया सी? कि म्यूनसीपल चोणां दे वेले अपने कॉलेज दे विच तुसीं देख सकदे होंगे जिहड़े अपने कॉलेज दे विच तुसीं उदों आउण लगे होंगे जदों म्यूनसीपल दीयां चोणां होईयां ने। दूए तीए दिन अपनी क्लासां ऑफ हुंदियां सी पर कॉलेज लगदा सी, आपां कॉलेज आउंदे सी किन्नी किड्डी वड्डी गिणती दे विच, और जिहड़े अधिकारी आ के जिहड़े वोटां दा सिस्टम सारा देख के जांदे हुंदे सी कि उदों करोना नहीं सीगा, किसे दे मास्क नहीं लग्गिया हुंदा सी। टीचर आपां नूं स्कूलां दे विच कॉलेजां दे विच कह देंदे ने वी मास्क ला के रखो, क्लास दे उत्ते सोशल डिस्टेंसिंग रखो। तुसीं देख सकदे हो किसे क्लास दे विच सोशल डिस्टेंसिंग हैगी सी, ਕਿਸੇ ਕਲਾਸ ਦੇ ਵਿੱਚ ਨਹੀਂ ਸੀ। ਇਹ ਸਾਨੂੰ ਗੱਲਾਂ ਕਰਕੇ ਸਮਝੇ ਨੇ ਕਿ ਤੁਸੀਂ ਘਰ ਬੰਦ ਕਰ ਦੋ ਜੀ, ਕਾਲਜ ਬੰਦ ਕਰ ਦੋ। ਹਾਲਾਂਕਿ ਆਪਾਂ ਨੂੰ ਵੀ ਪਤਾ ਵੀ ਜਿਹੜਾ ਕਰੋਨਾ ਦਾ ਜਿਹੜਾ ਡਰਾਮਾ ਹੈਗਾ ਇਹ ਸਿਰਫ ਇੱਕ ਡਰਾਮਾ ਹੀ ਹੈਗਾ, ਜਿਹੜਾ ਆਪਾਂ ਡਰਾਮਾ ਹੀ ਕਹਿ ਸਕਦੇ ਹਾਂ, ਕਿਉਂਕਿ ਕਰੋਨਾ ਦੀ ਬਿਮਾਰੀ ਨਾਲ ਲੜਨ ਲਈ ਬੰਦ ਕੋਈ ਵੀ ਇਹਦਾ ਇਲਾਜ ਨਹੀਂ ਹੈਗਾ ਵੀ ਹਾਂ ਜੀ ਲਾਕਡਾਊਨ ਕੀਤਾ ਜਾਵੇ। ਜੇ ਲਾਕਡਾਊਨ ਹੀ ਲਾਉਣਾ ਫਿਰ ਮਾਸਕ ਦਾ ਚਲਾਨ ਕਿਉਂ ਕਰਦੇ ਹੋ? ਜੇ ਮਾਸਕ ਨਾਲ ਕਰੋਨਾ ਰੁਕਦਾ ਹੈਗਾ ਫਿਰ ਇਹ ਜੀ ਵੈਕਸੀਨ ਤੋਂ ਕੀ ਕਰਾਉਣਾ? ਇਹ ਸਾਰੇ ਫੈਕਟ ਨੇਗੇ, ਤੁਸੀਂ ਸੋਚ ਕੇ ਦੇਖੋ। ਆਪਾਂ ਨੂੰ ਆਪਣੇ ਉੱਪਰ ਜਿਵੇਂ ਇਹਨਾਂ ਨੇ SDM ਸਾਹਿਬ ਨੂੰ ਤਾਂ ਕੇ ਕਹਿਤਾ ਵੀ ਤੁਸੀਂ ਪੜਿਆ ਕਰੋ, ਤੁਸੀਂ ਇਹ ਕੰਮਾਂ ਚ ਨਾ ਜਾਓ ਜੀ, ਆਪਦਾ ਪੜੋ ਧਿਆਨ ਲਾਓ, ਕਿ ਆਪਾਂ ਨੂੰ ਆਪਣੇ ਹੱਕ ਮੰਗਣ ਲਈ ਵੀ ਆਪਾਂ ਅਸੀਂ ਤੁਹਾਨੂੰ ਡੀਮੋਟੀਵੇਟ ਕਰਾਂਗੇ ਕਿ ਆਪਣਾ ਹੱਕ ਨਹੀਂ ਹੈਗਾ? ਆਪਾਂ ਕਾਲਜਾਂ ਦੇ ਵਿੱਚ ਫੀਸਾਂ ਭਰੀ ਜਾਣੀ ਵੀ ਕਾਲਜ ਨੇ ਜਿਹੜੇ ਪ੍ਰੋਪਰ ਤਰੀਕੇ ਨਾਲ ਖੁੱਲਣੇ ਚਾਹੀਦੇ ਨੇ, ਸਾਡਾ ਸਿਲੇਬਸ ਕੰਪਲੀਟ ਹੋਣਾ ਚਾਹੀਦਾ ਹੈਗਾ, ਸਾਡੀਆਂ ਪ੍ਰੀਖਿਆਵਾਂ ਨੇ ਜਿਹੜੀਆਂ ਉਹ ਆਫਲਾਈਨ ਹੋਣੀਆਂ ਚਾਹੀਦੀਆਂ ਨੇ। ਆਪਾਂ ਦੇਖ ਕੇ ਪੇਪਰ ਕਰੇ ਆਉਣੇ ਆ। ਆਨਲਾਈਨ ਕਲਾਸਾਂ ਨੇ ਜਿਹੜੀਆਂ ਕਦੇ ਵੀ ਉਹ ਆਫਲਾਈਨ ਕਲਾਸਾਂ ਦਾ ਬਦਲ ਨਹੀਂ ਲੈ ਸਕਦੀਆਂ, ਇਹ ਗੱਲ ਕਲੀਅਰ ਕੱਟ ਹੈਗੀ। ਇਹ ਕਹਿ ਦਿੰਦੇ ਨੇ, ਇੱਥੋਂ ਤੱਕ ਕਿ ਟੀਚਰ ਖੁਦ ਮੰਨਦੇ ਨੇ ਵੀ ਜੇ ਅਸੀਂ ਨਾ ਤਾਂ ਇੰਨੀ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਆਨਲਾਈਨ ਜਿਹੜਾ ਪੜ੍ਹਾ ਸਕਦੇ ਹਾਂ ਨਾ ਸਤੋਂ ਪੜ੍ਹਾਇਆ ਜਾਵੇ। ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਆਪਾਂ ਸਾਰੇ ਪਿੰਡਾਂ ਦੇ ਵਿੱਚੋਂ ਆਉਣੇ ਆ, ਕਿਸੇ ਕੋਲੇ ਸਮਾਰਟਫੋਨ ਨਹੀਂ ਹੈਗਾ ਜੀ, ਕਿਸੇ ਦੇ ਕੋਲੇ ਨੈਟ ਪੈਕ ਨਹੀਂ ਹੈਗਾ, ਕਿਸੇ ਦੀ ਐਪ ਨਹੀਂ ਚੱਲਦੀ, ਕਿਸੇ ਦੇ ਫੋਨ ਚ ਆ ਐਪ ਨਹੀਂ ਚੱਲਦੀ, ਉਹ ਐਪ ਨਹੀਂ ਚੱਲਦੀ, ਆਪਾਂ ਆਨਲਾਈਨ ਕਲਾਸਾਂ ਕਿੱਥੋਂ ਲਾ ਲਾਂਗੇ? ਹਾਲਾਂਕਿ ਆਪਣੇ ਇੰਡੀਆ ਦੇ ਵਿੱਚ ਇੰਨਾ ਸਿਸਟਮ ਹੈ ਨਹੀਂ ਵੀ ਆਪਾਂ ਆਨਲਾਈਨ ਕਲਾਸਾਂ ਲਾ ਸਕੀਏ, ਇਹ ਸਿਰਫ ਇੱਕ ਇਹਨਾਂ ਨੇ ਫੀਸ ਭਰਾਉਣ ਦਾ ਜਿਹੜਾ ਉਹ ਰਾਹ ਬਣਾਇਆ ਗਿਆ ਹੈਗਾ। ਇਹਨਾਂ ਦਾ ਮੇਨ ਮਕਸਦ ਹੁਣ ਸਕੂਲਾਂ ਕਾਲਜਾਂ ਨੂੰ ਬੰਦ ਕਰਨ ਦਾ ਇਹੀ ਆ ਵੀ ਜਿਹੜੀ ਨਵੀਂ ਸਿੱਖਿਆ ਨੀਤੀ ਜੁਲਾਈ ਦੇ ਵਿੱਚ ਇਹਨਾਂ ਨੇ ਆਪਣੀ ਕੈਬਨਿਟ ਦੇ ਵਿੱਚ ਪਾਸ ਕੀਤੀ ਸੀ ਮੋਦੀ ਸਰਕਾਰ ਨੇ, ਵੀ ਉਹ ਸਿੱਖਿਆ ਨੀਤੀ ਨੂੰ ਹੁਣ ਪੰਜਾਬ ਦੇ ਵਿੱਚ ਜਿਹੜੀ ਇੰਪਲੀਮੈਂਟ ਕਰਨਾ ਸ਼ੁਰੂ ਕਰ ਦਿੱਤਾ ਜਾਵੇ। ਉਹਦੀ ਇੱਕ ਵੱਡੀ ਮਿਸਾਲ ਇਹ ਆ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਆਪਣਾ ਕਾਲਜ ਆ ਜਿਹੜਾ ਕਾਂਸਟੀਟਿਊਟ ਕਾਲਜ ਦਾ ਆਪਦਾ ਕਾਲਜ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਡਰ ਆਉਂਦਾ ਗਾ। ਉੱਥੇ ਕੀ ਕੀਤਾ ਗਿਆ ਹੈਗਾ ਪਿਛਲੇ ਦਿਨੀਆਂ ਜਿਹੜਾ ਆਪਣੇ ਆਪਣੇ ਕਾਲਜ ਦੇ ਵਿੱਚ ਵੀ ਰੋਸ ਮੁਜ਼ਾਹਰਾ ਕੀਤਾ ਸੀ ਉਸ ਸੰਬੰਧੀ ਵੀ, ਉੱਥੇ ਜਿਹੜੇ ਆਪਣੇ ਕਰੈਕਸ਼ਨ ਵਾਲੇ ਫਾਰਮ ਹੁੰਦੇ ਨੇ, ਚਾਹੇ ਆਪਣੇ ਕਿਸੇ DMC ਦੇ ਵਿੱਚ ਆਪਣੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰੈਕਸ਼ਨ ਕਰਵਾਉਣੀ ਹੋਵੇ, ਚਾਹੇ ਕਿਸੇ ਵੀ ਤਰ੍ਹਾਂ ਦਾ ਕੋਈ ਫਾਰਮ ਭਰ ਕੇ RLFR ਕਲੀਅਰ ਕਰਾਉਣੀ ਹੋਵੇ, RR ਕਲੀਅਰ ਕਰਾਉਣੀ ਹੋਵੇ, ਉਹਦੇ ਉੱਪਰ ਜਿਹੜਾ 12 ਤੋਂ ਲੈ ਕੇ 18% ਤੱਕ ਆ ਜਿਹੜਾ GST ਲਗਾਇਆ ਗਿਆ ਹੈਗਾ, ਉਹਦੇ ਵਿੱਚ 100 ਰੁਪਏ ਦਾ ਫਾਰਮ ਹੁੰਦਾ, ਉੱਪਰ 18% ਜਿਹੜਾ GST ਲੱਗਦਾ। ਕਿ ਤੁਸੀਂ ਦੱਸੋ ਮੈਨੂੰ ਇੱਕ ਗੱਲ ਦਾ ਜਵਾਬ ਦੇਵੋ ਕਿ ਸਿੱਖਿਆ ਜਿਹੜੀ ਉਹ ਕੋਈ ਵਸਤੂ ਹੈਗੀ ਵੀ ਜਿਹੜੇ ਨੂੰ ਵੇਚਣ ਲਈ ਆ ਜਿਹੜਾ ਉਹਦੇ ਤੇ GST ਲਾਇਆ ਜਾਵੇ? ਅੱਜ ਆਪਾਂ ਇੱਕ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤੱਕ ਖਰੀਦ ਲਓ, ਹਰ ਇੱਕ ਚੀਜ਼ ਦੇ ਉੱਪਰ ਆ ਜਿਹੜਾ ਆਪਾਂ ਨੂੰ ਟੈਕਸ ਦੇਣਾ ਪੈਂਦਾ ਹੈਗਾ। ਪੜ੍ਹਾਈ ਆ ਜਿਹੜੀ ਸਿੱਖਿਆ ਹੈਗੀ ਉਹ ਸਰਕਾਰ ਦੀ ਜ਼ਿੰਮੇਵਾਰੀ ਆ, ਹਰ ਇੱਕ ਜਿਹੜਾ ਵਿਦਿਆਰਥੀ ਦਾ ਹੈਗਾ ਕੋਈ ਵੀ ਤਬਕੇ ਦਾ ਵਿਦਿਆਰਥੀ, ਉਹ SC ਵਰਗ ਦਾ, BC ਆ, OBC ਆ, ਜਨਰਲ ਆ, ਜੋ ਵੀ ਆ, ਸਰਕਾਰ ਦਾ ਰਾਈਟ ਬਣਦਾ ਵੀ ਉਹਨੂੰ ਜਿਹੜੀ ਉਹ ਸਿੱਖਿਆ ਮੁਹੱਈਆ ਕਰਵਾਵੇ। ਪਰ ਇੱਥੋਂ ਦੀਆਂ ਜਿਹੜੀਆਂ ਸਰਕਾਰਾਂ ਨੇਗੀਆਂ ਉਹ GST ਵਗੈਰਾ ਲਾ ਕੇ ਇਹਦਾ ਨਿੱਜੀਕਰਨ ਕਰਨ ਜਾ ਰਹੀਆਂ ਨੇ। ਇਹ ਜਿਹੜੀ ਨਵੀਂ ਸਿੱਖਿਆ ਨੀਤੀ ਇਹਨਾਂ ਨੇ ਮੋਦੀ ਸਰਕਾਰ ਨੇ ਪਾਸ ਕੀਤੀ ਆ, ਉਹਦੇ ਵਿੱਚ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਹੈਗਾ ਉਹ ਬੋਰਡ ਨੂੰ ਖਤਮ ਕਰਕੇ ਉਹ ਸੈਂਟਰ ਦੇ ਅੰਡਰ ਲੈ ਕੇ ਜਾਣਗੇ। ਜਿਹੜੀਆਂ ਆਪਣੀਆਂ ਸਾਰੀਆਂ ਆਲ ਇੰਡੀਆ ਦੀਆਂ ਜਿੰਨੀਆਂ ਵੀ ਯੂਨੀਵਰਸਿਟੀਆਂ ਨੇਗੀਆਂ ਉਹ ਸਾਰੀਆਂ ਯੂਨੀਵਰਸਿਟੀਆਂ UGC ਦੇ ਅੰਡਰ ਨੇ, ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਕਹਿ ਦਿੰਦੇ ਜਿਹਨੂੰ ਆਪਾਂ, ਉਹਦੇ ਅੰਡਰ ਨੇ। ਉਹ UGC ਨੂੰ ਤੋੜ ਕੇ ਵੀ ਜਿਹੜਾ ਇੱਕ ਆਪਦਾ ਵੱਖਰਾ ਜਿਹੜਾ ਗ੍ਰਾਂਟ ਕਮਿਸ਼ਨ ਬਣਾਉਣਗੇ, ਉਹਦੇ ਅੰਡਰ ਹੀ ਜਿਹੜੀਆਂ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਜਾਂ ਭਾਰਤ ਦੀਆਂ ਯੂਨੀਵਰਸਿਟੀਆਂ ਨੇ, ਯੂਨੀਵਰਸਿਟੀ ਕਾਲਜ ਨੇ, ਹਰ ਇੱਕ ਤਰ੍ਹਾਂ ਜਿਹੜੇ ਕਾਲਜ ਨੇ ਉਹਦੇ ਅੰਡਰ ਚਲੇ ਜਾਣਗੇ। ਉਹਦੇ ਵਿੱਚ ਜਿਹੜੀਆਂ ਲਗਾਤਾਰ ਫੀਸਾਂ ਦੇ ਵਿੱਚ ਵਾਧਾ ਹੋਊਗਾ, ਚਾਹੇ ਉਹ ਜਰਨਲ ਵਿਦਿਆਰਥੀ ਦੀ ਫੀਸ ਆ, ਚਾਹੇ ਉਹ SC ਵਿਦਿਆਰਥੀ ਦੀ ਫੀਸ ਆ, ਕਿਉਂਕਿ ਪ੍ਰਾਈਵੇਟ ਦੇ ਵਿੱਚ ਕਿਸੇ ਨੂੰ ਵੀ ਕਹਿੰਦਾ ਵੀ ਹਾਂਜੀ ਤੁਸੀਂ SC ਹੋ, ਤੁਸੀਂ ਇੰਨੇ 120 ਰੁਪਏ ਭਰ ਦਿਓ ਜੀ, ਇਸ ਤੋਂ ਬਾਅਦ ਫਾਰਮ ਭਰੋਗੇ ਸਕਾਲਰਸ਼ਿਪ ਆ ਜੂਗੀ, ਓਕੇ ਆ। ਉਹਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਤੋਂ 10-15 ਹਜ਼ਾਰ ਰੁਪਇਆ ਜਿਹੜੀ ਫੀਸ ਹੈਗੀ ਉਹ ਲਈ ਜਾਊਗੀ। ਇਸ ਤੋਂ ਬਾਅਦ ਆ ਜਿਹੜਾ ਆਪਣੇ ਤੋਂ ਜਾ ਕੇ ਉਹ ਸਕਾਲਰਸ਼ਿਪ ਦਾ ਫਾਰਮ ਭਰਨਗੇ, ਆਪਾਂ ਨੂੰ ਵੀ ਸਰਕਾਰ ਦਾ ਪਤਾ ਵੀ ਸਕਾਲਰਸ਼ਿਪ ਆਵੇ ਨਾ ਆਵੇ। ਆਪਾਂ ਪਿਛਲੇ ਕਿੰਨੇ ਸਾਲਾਂ ਤੋਂ ਦੇਖ ਰਹੇ ਹਾਂ ਸਕਾਲਰਸ਼ਿਪ ਸੁਚਾਰੂ ਢੰਗ ਨਾਲ ਆਪਣੇ ਕਾਲਜਾਂ ਦੇ ਵਿੱਚ ਵੀ ਨਹੀਂ ਚੱਲ ਰਹੀ, ਇਹ ਚੀਜ਼ ਮਤਲਬ ਕਿ ਵੀ ਆਪਾਂ ਨੂੰ ਮੰਨਣਾ ਪੈਂਦਾ ਹੈਗਾ। ਹੁਣ ਜਿਹੜੀ ਸਕਾਲਰਸ਼ਿਪ ਆ ਉਹ 40% ਆ ਜਿਹੜੀ ਪੰਜਾਬ ਸਰਕਾਰ ਪੇ ਕਰਦੀ ਆ, ਅਤੇ 60% ਆ ਜਿਹੜੀ ਉਹ ਆਪਾਂ ਨੂੰ ਸੈਂਟਰ ਸਰਕਾਰ ਪੇ ਕਰਦੀ ਆ। ਆਪਾਂ ਨੂੰ ਵੀ ਪਤਾ, ਆਪਾਂ ਨੂੰ ਕਦੇ ਸਕਾਲਰਸ਼ਿਪ ਨਹੀਂ ਸਿੱਧੀ ਕਾਲਜਾਂ ਨੂੰ ਭੇਜ ਦਿੰਦੇ ਨੇ,
ਸਕਾਲਰਸ਼ਿਪ ਉਹਦੇ ਵਿੱਚ ਵਿਦਿਆਰਥੀਆਂ ਦੇ ਭੱਤੇ ਹੁੰਦੇ ਨੇ ਜਿਹੜੇ ਵਿਦਿਆਰਥੀਆਂ ਦੇ ਭੱਤੇ ਉਹ ਆਪੇ ਖਾ ਜਾਂਦੇ ਨੇ। ਆਪਾਂ ਨੂੰ ਪਤਾ ਜਿਹੜਾ ਕੈਬਨਿਟ ਮੰਤਰੀ ਆ ਸਾਧੂ ਸਿੰਘ ਧਰਮਸੋਤ ਪਿਛਲੇ ਦਿਨੀ ਉਹਨਾਂ ਨੇ 90,000 ਤੋਂ ਉੱਪਰ ਕਰੋੜ ਦਾ ਜਿਹੜਾ ਸਕਾਲਰਸ਼ਿਪ ਦਾ ਘਟਾਲਾ ਕੀਤਾ ਸੀ। ਇਸ ਕਰਕੇ ਅੱਜ ਆਪਾਂ ਨੂੰ ਸਾਰੇ ਵਿਦਿਆਰਥੀਆਂ ਨੂੰ ਸਮਝਣ ਦੀ ਲੋੜ ਆ, ਆਪਾਂ ਪੜ੍ਹਾਈ ਦੇ ਨਾਲ ਨਾਲ ਇਹ ਚੀਜ਼ ਵੱਲ ਵੀ ਅੱਗੇ ਵਧੀਆ ਸੰਘਰਸ਼ਾਂ ਦੇ ਰਾਹ ਅਪਣਾਓ, ਕਿਉਂਕਿ ਕੋਈ ਵੀ ਚੀਜ਼ ਆ ਉਹ ਸੰਘਰਸ਼ ਤੋਂ ਬਿਨਾਂ ਸੰਭਵ ਨਹੀਂ ਹੈਗੀ। ਅੱਜ ਕੇਂਦਰ ਸਰਕਾਰ ਵੱਲੋਂ ਜਿਹੜੇ ਖੇਤੀ ਦੇ ਕਾਲੇ ਕਾਨੂੰਨ ਨੇ ਜਿਹੜੇ ਉਹ ਪਾਸ ਕੀਤੇ ਗਏ ਨੇ, ਉਹਦੇ ਲਈ ਵੀ ਜਿਹੜੇ ਕਿਸਾਨ ਤੇ ਮਜ਼ਦੂਰ ਨੇਗੇ ਉਹ ਲਗਾਤਾਰ ਨੇ, ਜਿਹੜੇ ਸਿੰਘੂ ਬਾਰਡਰ ਹੋ ਗਿਆ, ਟਿਕਰੀ ਬਾਰਡਰ ਹੋ ਗਿਆ, ਗਾਜੀਪੁਰ ਬਾਰਡਰ ਹੋ ਗਿਆ, ਉੱਥੇ ਬੈਠੇ ਨੇ। ਆਪਾਂ ਵੀ ਵਿਦਿਆਰਥੀ ਹੋਣ ਦੇ ਨਾਤੇ, ਅਸੀਂ ਆਪਣੀ ਯੂਨੀਅਨ ਦੇ ਵੱਲੋਂ, ਪੰਜਾਬ ਮੈਡੀਕਲ ਸਟੂਡੈਂਟ ਯੂਨੀਅਨ ਦੇ ਵੱਲੋਂ ਵੀ ਆਪਾਂ ਲਗਾਤਾਰ ਜਿਹੜਾ ਸਿੰਘੂ ਬਾਰਡਰ ਦੇ ਉੱਪਰ ਜਿਹੜੇ ਆਪਣੇ ਜਿਹੜੇ ਵਿਦਿਆਰਥੀਆਂ ਦੇ ਜਥੇ ਨੇ ਉਹ ਲਗਾਤਾਰ ਆਪਾਂ ਭੇਜ ਰਹੇ ਹਾਂ ਤੇ ਆਪਣੇ ਜਥੇ ਜਾ ਵੀ ਰਹੇ ਨੇ। ਇਸ ਕਰਕੇ ਸਾਰੇ ਵਿਦਿਆਰਥੀਆਂ ਨੂੰ ਸਾਡੀ ਬੇਨਤੀ ਹੈ ਵੀ ਤੁਸੀਂ ਵੀ ਸਾਡੇ ਨਾਲ ਵੱਧ ਤੋਂ ਵੱਧ ਵਿਦਿਆਰਥੀ ਜੁੜੋ, ਇਹ ਚੀਜ਼ਾਂ ਨੂੰ ਅਪਣਾਓ, ਕਿਉਂਕਿ ਇਹ ਚੀਜ਼ ਨਾਲ ਹੀ ਆਪਣਾ ਹੱਲ ਹੋ ਸਕਦਾ, ਕਿਉਂਕਿ ਕਰੋਨਾ ਦਾ ਇੱਕ ਸਿਰਫ ਬਹਾਨਾ ਹੈਗਾ, ਇਹਨਾਂ ਨੇ ਹੁਣ ਸਕੂਲਾਂ ਨੂੰ ਪ੍ਰਾਈਵੇਟ ਕਰਨਾ ਗਾ, ਉਹਦੇ ਕਰਕੇ ਲਾਕਡਾਊਨ ਲਾਇਆ ਵੀ ਵਿਦਿਆਰਥੀ ਜਿਹੜੇ ਉਹ ਘਰਾਂ ਨੂੰ ਚਲੇ ਜਾਣ, ਉਹ ਨਾ ਆਉਣ। ਇੰਨੀ ਗੱਲਾਂ ਕਰਦਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਜੈ ਜਨਤਾ, ਜੈ ਸੰਘਰਸ਼, ਜਿੱਤ ਅੰਮ੍ਰਿਤਸਰ ਲੋਕ। ਟੈਸਟ ਕਰ ਰਹੇ ਹੋ, ਕੀ ਹੈ ਇਹਦਾ ਕੰਮ? ਦੇਖੋ ਜੀ, ਜਿਵੇਂ 19 ਮਾਰਚ ਨੂੰ ਆ ਜਿਹੜਾ ਉਹ ਸਰਕਾਰਾਂ ਵੱਲੋਂ ਆ ਜਿਹੜਾ ਇੱਕ ਨੋਟਿਸ ਜਾਰੀ ਕੀਤਾ ਗਿਆ ਸੀਗਾ ਵੀ ਜਿਹੜੇ 31 ਮਾਰਚ ਤੱਕ ਨੇ ਉਹ ਸਕੂਲ ਕਾਲਜ ਬੰਦ ਕੀਤੇ ਜਾਣਗੇ, ਵੀ ਲੋਕਡਾਊਨ ਜਿਹੜਾ ਦੁਬਾਰੇ ਲਗਾ ਦਿੱਤਾ ਗਿਆ ਗਾ, ਨਾਈਟ ਕਰਫਿਊ ਉਹਦੇ ਵਿੱਚ ਲਾਇਆ ਗਿਆ ਸੀਗਾ ਅਤੇ ਸਕੂਲ ਕਾਲਜ ਬੰਦ ਕੀਤੇ ਗਏ ਸੀਗੇ। ਹਾਲਾਂਕਿ ਜਿਹੜਾ ਵਿਦਿਆਰਥੀ ਨਾਲ ਸਰਾਸਰ ਧੱਕਾ ਕੀਤਾ ਗਿਆ ਗਾ, ਜਿਹੜੇ ਸਕੂਲ ਕਾਲਜ ਨੇ ਜਿਹੜੇ ਬੰਦ ਕੀਤੇ ਗਏ ਨੇ, ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਜਿਹੜਾ ਕਰੋਨਾ ਦਾ ਪਿਛਲਾ ਸਾਲ ਲੰਘਿਆ ਉਹਦੇ ਵਿੱਚ ਵਿਦਿਆਰਥੀਆਂ ਦਾ 1 ਸਾਲ ਤੱਕ ਜਿਹੜੀ ਪੜ੍ਹਾਈ ਦਾ ਨੁਕਸਾਨ ਹੋ ਚੁੱਕਿਆ ਗਾ, ਅਤੇ ਇਸ ਤੋਂ ਬਾਅਦ ਸਿਰਫ 1 ਮਹੀਨਾ ਹੀ ਜਿਹੜੇ ਨੇ ਕਾਲਜ ਉਹ ਖੋਲ੍ਹੇ ਗਏ ਨੇ, ਇਸ ਤੋਂ ਬਾਅਦ ਫਿਰ ਜਿਹੜੇ ਕਾਲਜ ਬੰਦ ਕੀਤੇ ਗਏ ਨੇ। ਇਸ ਮੁੱਦੇ ਨੂੰ ਲੈ ਕੇ ਜਿਹੜੀ ਪੰਜਾਬ ਦੀਆਂ 9 ਵਿਦਿਆਰਥੀ ਜਥੇਬੰਦੀਆਂ ਦੇ ਵੱਲੋਂ ਆ ਜਿਹੜਾ ਉਹ 30 ਮਾਰਚ ਨੂੰ ਉਹ ਸੱਦਾ ਦਿੱਤਾ ਗਿਆ ਸੀਗਾ ਵੀ ਸਾਰੇ ਪੂਰੇ ਪੰਜਾਬ ਭਰ ਦੇ ਵਿੱਚ ਆ ਜਿਹੜਾ ਉਹ SDM ਨੂੰ, ਤਹਿਸੀਲਦਾਰਾਂ ਨੂੰ ਅਤੇ DC ਜਿਹੜੇ ਮੰਗ ਪੱਤਰ ਨੇਗੇ ਉਹ ਸੌਂਪੇ ਜਾਣਗੇ ਅਤੇ ਕਾਲਜ ਖੋਲ੍ਹਣ ਦੀ ਜਿਹੜੀ ਉਹ ਮੰਗ ਕੀਤੀ ਜਾਊਗੀ। ਜੇ ਸਰਕਾਰ ਸਾਡੀ ਮੰਗ ਨੂੰ ਅਜੇ ਨਹੀਂ ਮੰਨੂਗੀ ਤਾਂ ਜਿਹੜਾ ਵਿਦਿਆਰਥੀਆਂ ਅਸੀਂ ਜੀ ਯੂਨੀਵਰਸਿਟੀ ਕਾਲਜ ਬੇਨਰ ਦੇ ਸਟੂਡੈਂਟ ਹਾਂ। ਇਹ ਯੂਨੀਵਰਸਿਟੀ ਕਾਲਜ ਬੇਨਰ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕੰਸਟੀਟਿਊਟ ਕਾਲਜ ਹੈ। ਨਾਮ ਜਸਵਿੰਦਰ ਸਿੰਘ। ਕੀ ਕਹੋਗੇ ਤੁਸੀਂ ਅੱਜ ਜਿਹੜਾ ਪ੍ਰੋਟੈਸਟ ਕਰ ਰਹੇ ਹੋ? ਪ੍ਰੋਟੈਸਟ ਸਰ ਇੱਦਾਂ ਸੀਗਾ, ਜਿੱਦਾਂ ਵੀ ਕਾਲ ਸੀ ਸਾਡੀ 9 ਯੂਨੀਅਨ ਹੈ ਜਿਹੜੀਆਂ, ਅਤੇ ਉਹਨਾਂ ਵਿੱਚੋਂ ਸਾਡੀ ਯੂਨੀਅਨ ਹੈ ਰੈਡੀਕਲ, ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ। ਜਿੱਦਾਂ ਕਿ ਅਸੀਂ ਉਹਨਾਂ ਦੀ ਕਾਲ 'ਤੇ ਅੱਜ ਇਕੱਠੇ ਹੋਏ ਸੀਗੇ, ਕਿਉਂਕਿ ਪਿਛਲੇ ਦਿਨੀ ਜਿਵੇਂ ਕਿ ਪਿਛਲੇ ਸਾਲ ਦੀ ਚੱਲਦਾ ਰਿਹਾ ਵੀ 1 ਮਹੀਨੇ ਤੱਕ ਕਾਲ ਖੋਲ੍ਹੇ ਜਾਣਗੇ ਜਾਂ 3 ਮਹੀਨੇ ਤੱਕ ਜਿਹੜਾ ਕਿ ਲੋਕਡਾਊਨ ਖਤਮ ਕੀਤਾ ਜਾਊਗਾ, ਉਹਦੇ ਸਿੱਟੇ ਵਜੋਂ ਅੱਜ ਹੁਣ ਫਿਰ ਮਾਰਚ ਵਿੱਚ ਅਤੇ ਹੁਣ ਫਿਰ ਦੁਬਾਰੇ ਲੋਕਡਾਊਨ ਕੀਤਾ ਗਿਆ ਗਾ, ਅਤੇ ਜਿੱਥੇ ਕਿ ਅੱਜ ਠੇਕੇ ਖੋਲ੍ਹੇ ਨੇਗੇ ਅਤੇ ਕਾਲਜ ਸਿਰਫ ਕਾਲਜ ਹੀ ਬੰਦ ਨੇ, ਹੋਰ ਸਾਰੇ ਅਦਾਰੇ ਖੁੱਲ੍ਹੇ ਨੇ। ਹੁਣ ਜਿਵੇਂ ਲਾ ਲਓ ਤੁਸੀਂ ਬਾਘੇ ਪੁਰਾਣੇ ਰੈਲੀ ਹੋ ਕੇ ਅੱਡੀਆਂ, ਲੱਖਾਂ ਦਾ ਕੱਟ ਸੀ ਉੱਥੇ ਵੀ, ਅਤੇ ਉੱਥੇ ਪ੍ਰਸ਼ਾਸਨ ਨੇ ਕਿਉਂ ਨਾ ਉੱਥੇ ਉੱਤਾ ਚੱਕਿਆ? ਅਤੇ ਆਉਣ ਵਾਲਾ ਜੇ ਮੰਗਾਂ ਨਾ ਮੰਨੀਆਂ ਗਈਆਂ ਤੁਹਾਡੇ ਵੀ ਆਉਣ ਵਾਲਾ ਸੰਘਰਸ਼ ਕੀ ਹੋਊਗਾ? ਆਉਣ ਵਾਲਾ ਸੰਘਰਸ਼ ਸਰ ਇੱਦਾਂ ਸੀਗਾ ਕਿ ਸਾਡੇ ਹੁਣ ਜਿਹੜਾ ਸੰਘਰਸ਼ ਸੀਗਾ ਵੀ ਪੁਤਲੇ ਫੂਕਣੇ ਆ ਜਾਂ SDM ਮੰਗ ਪੱਤਰ ਦੇਣੇ ਆ, ਅਤੇ ਉਹਨਾਂ ਤੱਕ ਅਸੀਂ ਸਾਡੀ ਆਵਾਜ਼ ਸੀਗੀ ਕਿ ਮੁੱਖ ਕੈਪਟਨ ਸਰਕਾਰ ਤੱਕ, ਕੈਪਟਨ ਤੱਕ ਅਤੇ ਇਹਨਾਂ ਸਾਡੀ ਆਵਾਜ਼ ਜਿਹੜੀ SDM ਰਾਹੀਂ ਜਾਵੇ, ਅਤੇ ਜੇ ਨਾ ਸਾਡੀਆਂ ਮੰਗਾਂ ਮੰਨੀਆਂ ਗਈਆਂ ਤਾਂ ਅਸੀਂ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ।